ਇੰਨਾ ਆਪਾਂ ਅਸੈਂਬਲ ਕਰਾਂਗੇ ਵੈਸੇ ਤਾਂ ਰਾਤ ਨੂੰ, ਠੀਕ ਹੈ, ਜਿਹੜਾ ਰਹਿ ਜੂਗਾ ਉਹ ਆਪਾਂ ਫਿਰ ਸਵੇਰੇ ਪ੍ਰਿੰਟ ਕਰ ਲਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਓ ਜੀ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ। ਤੇ ਕੱਲ੍ਹ ਆਪਣਾ ਵਲੌਗ ਨਹੀਂ ਆਇਆ, ਇੱਕ ਦਿਨ ਦਾ ਮਿਸ ਹੋ ਗਿਆ। ਵੈਸੇ ਤਾਂ ਮੈਂ ਸਟਾਰਟ ਤਾਂ ਕੀਤਾ ਸੀਗਾ ਵਲੌਗ, ਪਰ ਨਾ ਅੱਗੇ ਜਾ ਕੇ ਕੋਈ ਜ਼ਿਆਦਾ ਖਾਸ ਸ਼ੂਟ ਨਹੀਂ ਮੈਂ ਕੀਤਾ, ਨਾ ਕੋਈ ਕੰਮ ਕੀਤਾ ਜ਼ਰੂਰੀ, ਇਸ ਕਰਕੇ ਨਾ ਕੱਲ੍ਹ ਵਾਲਾ ਵਲੌਗ ਫਿਰ ਮੈਂ ਅਪਲੋਡ ਕੀਤਾ ਹੀ ਨੀਗਾ, ਠੀਕ ਹੈ। ਤੇ ਫਿਲਹਾਲ ਹੁਣ ਮੈਂ ਪਹਿਲੀ 'ਚ ਆਇਆ ਸੀਗਾ, ਇੱਥੇ ਪਾਣੀ ਲਾਇਆ ਸੀ ਝੋਨੇ ਨੂੰ ਤੇ ਨੱਕਾ ਬਦਲਣਾ ਸੀਗਾ, ਤੇ ਮੈਂ ਕਿਹਾ ਚੱਲ ਜਾਂਦੇ ਹਾਂ ਨਾਲੇ ਨੱਕਾ ਬਦਲਦੇ ਹਾਂ ਨਾਲੇ ਆਪਾਂ ਵਲੌਗ ਸਟਾਰਟ ਕਰ ਲਾਂਗੇ, ਠੀਕ ਹੈ। ਟਾਈਮ ਮੌਕੇ 'ਤੇ ਆਈ ਥਿੰਕ 10 ਕੁ ਵਜੇ ਹੋਣਗੇ। ਆਹ ਪਿੱਛੇ ਵੇਖ ਲਓ ਤੁਸੀਂ ਰੋਟਾਵੇਟਰ, ਠੀਕ ਹੈ, ਹਜੇ ਇਹਦੇ 'ਤੇ ਕੰਮ ਕਰਨਾ ਹੈ। ਅਤੇ ਉਸ ਤੋਂ ਇਲਾਵਾ ਟਰੈਕਟਰ 'ਤੇ ਹਜੇ ਕੰਮ ਸਟਾਰਟ ਕੀਤਾ ਹੀ ਨਹੀਂ ਗਾ ਆਪਾਂ ਜਮ੍ਹਾਂ ਹੀ, ਕਿਉਂਕਿ ਮੇਨ ਇਹਦਾ ਜਿਹੜਾ ਚੈਸੀ ਹੈ ਉਹਦੇ ਵਾਸਤੇ ਆਪਾਂ ਨੂੰ ਸ਼ੀਟ ਚਾਹੀਦੀ ਹੈ ਮੈਟਲ ਦੀ, ਉਹ ਸ਼ੀਟ ਆਪਾਂ ਲਿਆਉਣੀ ਪਊਗੀ, ਅੱਜ ਜਾਂਦੇ ਹਾਂ ਪਹਿਲਾਂ ਬਾਅਦ ਸ਼ਾਮ ਜੀ ਨੂੰ। ਫਿਲਹਾਲ ਮੈਂ ਕੋਈ ਕੰਪਿਊਟਰ 'ਚ ਲਾਉਣਾ ਵਾ, ਨਾਲ 'ਚ ਲਾਉਣਾ ਪ੍ਰਿੰਟਰ, ਠੀਕ ਹੈ, ਜਿਹੜੇ ਇਹਦੇ ਪਾਰਟ ਰਹਿ ਗਏ ਨੇ ਉਹ ਮੈਂ ਪ੍ਰਿੰਟ ਕਰਨੇ ਲਾ ਦਿੰਦਾ ਵਾਂ, ਠੀਕ ਹੈ, ਅਤੇ ਨਾਲ ਦੀ ਨਾਲ ਮੈਂ ਸ਼ੂਟਿੰਗ ਵੀ ਫਿਰ ਸਟਾਰਟ ਕਰ ਲਵਾਂ। ਬਾਕੀ ਡਿਜ਼ਾਇਨ ਤੁਸੀਂ ਵੇਖ ਲਓ, ਪ੍ਰੋਪਰ ਡਿਜ਼ਾਇਨ 'ਤੇ ਤੁਹਾਨੂੰ ਇਹਦੀ ਵੀਡੀਓ ਮਿਲ ਜੂਗੀ ਬਹੁਤ ਜਲਦੀ। ਅਤੇ ਵੈਸੇ ਤਾਂ ਵਲੌਗ ਦੇ ਵਿੱਚ ਵੀ ਮੈਂ ਵਿਖਾ ਦਾਂਗਾ, ਅੱਜ ਨਹੀਂ ਤਾਂ ਕੱਲ੍ਹ ਵਾਲੇ ਵਲੌਗ 'ਚ ਤੁਹਾਨੂੰ ਵੇਖਣ ਨੂੰ ਮਿਲ ਜੂ ਪ੍ਰੋਪਰ ਰੋਟਾਵੇਟਰ ਆਪਣਾ। ਅਤੇ ਜੇ ਉਸ ਤੋਂ ਵੀ ਪਹਿਲਾਂ ਵੇਖਣਾ ਤੁਸੀਂ ਤਾਂ ਫਿਰ ਇੰਸਟਾਗ੍ਰਾਮ 'ਤੇ ਜਾ ਕੇ ਵੇਖ ਲਿਓ, ਠੀਕ ਹੈ, ਕਿਉਂਕਿ ਜਸਟ 5 ਮਿੰਟ ਬਾਅਦ ਮੈਂ ਰੀਲ ਅਪਲੋਡ ਕਰਾਂਗਾ, ਠੀਕ ਹੈ, ਵਲੌਗ ਤੋਂ ਪਹਿਲਾਂ ਤੁਹਾਨੂੰ ਇੰਸਟਾਗ੍ਰਾਮ 'ਤੇ ਰੀਲ ਮਿਲ ਜੂਗੀ, ਠੀਕ ਹੈ ਜੀ। ਅਤੇ ਚਲੋ ਮੈਂ ਕਰਦਾ ਕੰਮ ਇਹਦੇ 'ਤੇ। ਅਤੇ ਵੈਸੇ ਪਲਾਨ ਤਾਂ ਮੇਰਾ ਇਹੀ ਹੈ ਵੀ ਐਲਾਂ ਵਾ ਜਾਣ ਤੋਂ ਪਹਿਲਾਂ ਜਿੰਨਾ ਵੀ ਕੰਮ ਆਪਾਂ ਕਰ ਸਕਦੇ ਹਾਂ ਰੋਟਾਵੇਟਰ 'ਤੇ ਕਰੀਏ, ਜਾਂ ਫਿਰ HMT ਦਾ ਜਿਹੜਾ ਫਰੰਟ ਵਾਲਾ ਜਿਹੜਾ ਐਕਸਲ ਹੈ ਉਹਨੂੰ ਸੈੱਟ ਕਰਦੇ ਹਾਂ, ਠੀਕ ਹੈ, ਥੋੜ੍ਹਾ ਜਿਹਾ ਸਹੀ ਕਰਕੇ ਵੇਖਦੇ ਹਾਂ ਵੀ ਇਹੀ ਠੀਕ ਹੁੰਦਾ, ਠੀਕ ਹੈ, ਨਹੀਂ ਤਾਂ ਫਿਰ ਆਪਾਂ ਨੂੰ ਪ੍ਰਿੰਟ ਕਰਨਾ ਪਊਗਾ। 2000 years later ਅਤੇ ਲਓ ਵੀ ਫਿਲਹਾਲ ਆਪਣਾ ਟਾਈਮ ਹੋ ਗਿਆ ਐਲਾਂ ਬਾਅਦ ਜਾਣ ਦਾ, ਠੀਕ ਹੈ, ਸਮਾਨ ਲੈ ਕੇ ਆਉਂਦੇ ਹਾਂ ਆਪਾਂ। ਅਤੇ ਇੱਥੇ ਕਾਫੀ ਪਾਰਟ ਜਿਹੜੇ ਨੇ ਪ੍ਰਿੰਟਰ ਦੇ ਪ੍ਰਿੰਟ ਕਰ ਲੈਣੇ ਮੈਂ, ਅਸੈਂਬਲ ਹਜੇ ਨਹੀਂ ਕੀਤੇ ਨਾ ਹੀ ਵੀਡੀਓ ਸ਼ੂਟ ਕੀਤੀ ਆ, ਕਿਉਂਕਿ ਮੈਂ ਐਡੀਟਿੰਗ ਕਰਨ ਦਿਆ ਸੀਗਾ, 1-2 ਵੀਡੀਓ ਐਡਿਟ ਕਰਨੀ ਹੈ ਜ਼ਰੂਰੀ। ਸਵੇਰ ਦਾ ਕੰਮ 'ਚ ਇੰਨਾ ਬਿਜ਼ੀ ਆ ਮੈਂ, ਰੋਟੀ ਖਾਣ ਦਾ ਟਾਈਮ ਕੋਈ ਨਹੀਂ ਮੇਰੇ ਕੋਲ, ਤੁਰ ਲੱਗਿਆ ਚੇਤਾ ਆਇਆ ਵੀ ਰੋਟੀ ਵੀ ਖਾਣੀ। ਅਤੇ ਇਹਨੂੰ ਵੀ ਕਰਦੇ ਹਾਂ ਪਹਿਲਾਂ ਸਾਫ਼, ਕੱਪੜਾ ਕੁਪੜਾ ਮਾਰਦੇ ਹਾਂ, ਕਾਫੀ ਦਿਨ ਹੋ ਗਏ ਕੱਢਿਆ ਨੀਗਾ, ਅਤੇ ਫਿਰ ਚੱਲਦੇ ਹਾਂ ਆਪਾਂ। ਰਿਮ ਰੁਮ ਤਾਂ ਕਦੇ ਸੁੱਕਣਾ ਸਾਫ਼ ਕੀਤੇ ਨਹੀਂ, ਬਸ ਟੈਂਕੀ ਨੂੰ ਮਾਰਤਾ ਅਤੇ ਆ ਇੰਨੇ ਕੁ ਹਿੱਸੇ ਨੂੰ ਮਾਰਤਾ ਕੱਪੜਾ, ਫਿਰ ਰੁਕ ਗਿਆ। ਅਤੇ ਆਪਾਂ ਬਫਿੰਗ ਕਰਾਈ ਸੀਗੀ, ਉਦੋਂ ਬਾਅਦ ਸਗੋਂ ਹਾਲਤ ਬੁਰੀ ਹੋ ਗਈ ਇਹਦੀ, ਜਿੱਥੋਂ ਜ਼ਿਆਦਾ ਰਗੜਿਆ ਥੱਲੋਂ ਲੋਹੇ ਨੂੰ ਜੰਗਾਲ ਲੱਗ ਗਿਆ ਉੱਥੇ। ਦੇਖੋ ਬੈਂਡ ਦਾ ਵਿਆਹ ਹੀ ਆਲਾ, ਬੈਂਡ 'ਤੇ ਚਲੋ ਆਪਣੇ ਕੋਲ ਇੱਕ ਹੋਰ ਪਿਆ ਆਪਾਂ ਉਹ ਚੇਂਜ ਕਰ ਲਵਾਂਗੇ, ਅਤੇ ਢੋਲਕੀ ਆ ਤਾਂ ਇਹਨੂੰ ਬਫਿੰਗ ਦੁਬਾਰਾ ਕਰਾਵਾਂਗੇ, ਅਤੇ ਜਾਂ ਫਿਰ ਢੋਲਕੀ ਆਪਾਂ ਨਵੀਂ ਪਾਉਣੀ ਪੈਣੀ ਆ। ਬਾਕੀ ਚਲੋ ਭੇਜਦੇ ਹਾਂ, ਫਿਲਹਾਲ ਹੁਣ ਜ਼ਿਆਦਾ ਚਲਾਉਂਦੇ ਤਾਂ ਨਹੀਂ, ਕਦੇ ਕਦਾਰ ਕੱਢੀ ਦਾ, ਇਸ ਕਰਕੇ ਇੱਕ ਵਾਰੀ ਤਾਂ ਐਵੇਂ ਸਾਰ ਲਵਾਂਗੇ ਆਪਾਂ। ਇਹਦਾ ਨੰਬਰ ਵੀ ਛੇਤੀ ਲੱਗੂਗਾ, ਇਹਨੂੰ ਕੀ ਚਾਹੀਦਾ ਹੋਣਾ। ਜਦੋਂ ਖੱਡੇ 'ਚ ਵੱਜਦਾ ਕੋਈ ਨੀ, ਲੱਭ ਲਾਂਗਾ ਮੈਂ, ਮੋਟਰਸਾਈਕਲ ਮਿਸਿੰਗ ਮਾਰਨ ਦਿਆ, ਪਤਾ ਨਹੀਂ ਕੀ ਦਿੱਕਤ ਹੈ। ਗਰਮ ਕਰਨਾ ਪੈਣਾ ਹੈ, ਜ਼ੋਰ ਲਗਾ ਕੇ ਹਿੱਸਾ ਸਕ੍ਰੈਚ ਹੋਰ ਪੈ ਗਿਆ। ਇੱਕ ਤਾਂ ਆਪਣਾ ਫੋਨ ਬਿਮਾਰ ਹੋਇਆ ਰਹਿੰਦਾ ਹਰ ਦੂਜੇ ਦਿਨ, ਠੀਕ ਹੈ, ਕੱਲ੍ਹ ਇਹਨੇ ਜ਼ਿਆਦਾ ਨਾ ਲਿਆ ਸੀਗਾ ਅਤੇ ਜ਼ੁਕਾਮ ਲੱਗ ਗਿਆ, ਅਤੇ ਫਿਲਹਾਲ ਇਹਨੂੰ ਵੀ ਠੀਕ ਕਰਾਇਆ ਅੱਜ, ਅਤੇ ਪਾਣੀ 'ਚ ਡਿੱਗ ਪਿਆ ਸੀਗਾ ਫੋਨ, ਅਤੇ ਉਂਝ ਤਾਂ ਸਹੀ ਚੱਲਦਾ ਪਿਆ ਸੀ, ਪਰ ਨਾ ਜੈੱਕ ਅਤੇ ਚਾਰਜਿੰਗ ਵਾਲਾ ਜੈੱਕ ਉਹ ਨਹੀਂ ਸੀ ਕੰਮ ਕਰਦਾ ਪਿਆ। ਫਿਲਹਾਲ ਇਹਦਾ ਪੱਤਾ ਚੇਂਜ ਕਰਾਇਆ ਨਵਾਂ, ਬਿਲਕੁਲ ਓਕੇ ਦੀ ਰਿਪੋਰਟ ਆਉਣ ਜਮਾਂ। ਅਤੇ ਉਸ ਤੋਂ ਇਲਾਵਾ ਬਾਜ਼ਾਰ ਵੀ ਜਾ ਆਇਆ, ਬਸ ਮਾਨਸਾਰਾ ਲੈ ਲਿਆ, ਬਸ ਹੁਣ ਆਪਾਂ ਪ੍ਰਸਥਾਨ ਕਰਨਾ ਘਰ ਨੂੰ, ਠੀਕ ਹੈ। ਅਤੇ ਮੋਟਰਸਾਈਕਲ 'ਚ ਵੀ ਥੋੜ੍ਹੀ ਜਿਹੀ ਦਿੱਕਤ ਸੀਗੀ, ਪਟਾਕੇ ਬਹੁਤ ਮਾਰਦੇ ਇਹ ਬਾਜ਼ਾਰ ਦੇ ਵਿੱਚ, ਯਾਨੀ ਕਿ ਪਹਿਲਾਂ ਮਿਸਿੰਗ ਮਾਰਦਾ ਥੋੜ੍ਹੀ ਥੋੜ੍ਹੀ, ਅਤੇ ਜਦੋਂ ਰੇਸ ਛੱਡਦੀ ਤੀ ਉਹ ਠਾਹ ਕਰਕੇ ਪਟਾਕਾ ਮਾਰਦਾ ਸੀ। ਮਿਸਤਰੀ ਕਹਿੰਦਾ ਸੀ ਤੇਲ ਵਧਿਆ ਇਹਦਾ, ਮੈਂ ਕਿਹਾ ਮੈਂ ਤਾਂ ਵਧਾਇਆ ਨਹੀਂ, ਆਪੇ ਖੜੇ ਖੜੇ ਦਾ ਹੀ ਵੱਧ ਗਿਆ ਫਿਰ। ਅਤੇ ਹੁਣ ਤੇਲ ਘਟਾਇਆ, ਹੁਣ ਠੀਕ ਹੈ, ਹੁਣ ਖਤਰੇ ਤੋਂ ਬਾਹਰ ਮੋਟਰਸਾਈਕਲ ਆਪਣਾ, ਹੁਣ ਚੱਲਦੇ ਹਾਂ ਆਪਾਂ ਘਰੇ। ਆਹ ਸ਼ੀਟ ਲੈ ਕੇ ਆਏ ਆਪਾਂ ਆਪਣੇ ਟਰੈਕਟਰ ਵਾਸਤੇ, ਠੀਕ ਹੈ, ਉਹਦੀ ਮੇਨ ਚੈਸੀ ਜਿਹੜੀ ਬਣਨੀ ਹੈ
बैक साइड का फ्रंट का सारा इसे शीट ना ही आप बना जिदन दिया क्या 4 mm नहीं गी साढ़े को चार ने कहा यार एग्जैक्ट 4 mm तो उन्हें भी नहीं कहा बाकी सही है आप चल जूगी फुट बाय फुट दी है इन्नी कु शीट मिली है 300 रुपए की इन्नी कु शीट नहीं कली शीट नहीं इन वाशलां भी मिली ने मिलिया मतलब भी लैके आए आप गिफ्ट नहीं मिली वेट मैं लैके आया होर अपने ट्रेटर वास्ते ठीक है मैं थोड़ा होर वेट ऐड करा तो चादर आ गई है सवेर तो कम कर देते स्टार्ट आई टोफिया ने रोंदा सी जवाब कहना टोफिया लैके आई तो मेरा प्लैन है अज एच एम टी भी ठीक कर देने ठीक है क्योंकि अगे आप वीडियो शूट करनी है फिर इनकी जरूरत है अपन तो बंपर तो ठीक हो ही गया लगभग इनका तो ज़्यादा फर्क पता लगता नहीं गा तो सौना पहला हिस्सा ठीक कर दें आप इन खोल के बाहर कढ़दा फ्रंट वाले हिस्से गर्म करके वेहने जे तो सीधा हो गया चंगी गल है नहीं तो फिर अपन नवा प्रिंट करना पेगा ठीक है तो कोई ना कोई जुगाड़ लाने तो बहुत जल्दी ट्रैक्टर आप नवा तैयार करा ठीक है 911 इन रिमोट कढ़ के नवे 911 च पा देंगे ठीक है तो इनू आप तारा वाला बना देंगे प्लैन तो कुछ इदा का ही है मेरा बाकी हजे छेती की ध्यान ही काम हों हजे होर प्रोजेक्ट ने अपने वो करा उदो बाद फिर एक पूरा 911 सिरा जहा बना क्योंकि बड़े वीर कमेंट सके कि 911 बनाओ सिरा जहा एक तो दोबारे इनू तैयार करा आप बहुत जल्दी ठीक है तो बहुत जल्दी तो मतलब मेरा भी हो ज्यादा 6 महीने भी लग जाए एवं मैं लारा नहीं लाता हाँ साढ़े लिए जल्दी तो जल्दी भी 6 महीने तो होंगे ही आराम नाल ठीक है बाकी चलो जो भी होगा तुम्हें पता लग जूगा तो फिलहाल आ हिस्सा मैं खोलदा वा ठीक है इतने पिन पाई हुई है कड के हिस्सा इनू कर दें सीधा तो उस तो बाद थोड़ा चिर मैं कंप्यूटर से काम करांगा ठीक है क्योंकि अपने रूटावेटर के अजे कुछ पार्ट इदा देने जो प्रिंट होने बाकी ने अजे ठीक है वो पार्ट तुहानू मैं बाद चो दसांगा प्रिंट करन तो बाद इन्ना आप असैम्बल करांगे वैसे तो रात नू ठीक है जिहड़ा रह जूगा वो आप फिर सवेरे प्रिंट कर लाँगे पर मेरी सलाह है डिजाइन मैं हूँ ही कर लाँगा ठीक है तो पहला तो आह काम करते हैं आप छेती छेती तो उस तो इलावा वो कंप्यूटर देखो मैं एक ना नवी फाइल खोली हुई है तो आने वाला अपना एक नवा प्रोजेक्ट है जो जस्ट हूँ अजे अपने को आया तो मैं चैक ही कर दिया कि प्रिंट करना है ठीक है तो किन्ना कु टाइम लगू किवें डिजाइन करांगे अगे ठीक है सारा अजे प्लैनिंग चलन दी है की चीज़ है वो तुम अगे आने वाले टाइम च पता लगेगा एग्जैक्ट हूँ नहीं मैं एक बार दसदा क्योंकि इनू आने थोड़ा टाइम लग जाना तो जो मैं पहले तुम दसदा वा फिर कमेंट आते रहने कदों बनू इस करके इन्हें तो काम आप करा पर थोड़ा टाइम लगेगा ठीक है फिलहाल एक बार मैं एच एम टी तैयार कर ला ठीक है तैयार करके असैम्बल करके रखते हैं तो कैमरा कढ़दा स्टैंड लाना वा तो छेती छेती रूटावेटर से आप काम कंटिन्यू करिए एच एम टी तो आप फ्रंट वाला एक्सल तो करता सी ठीक पर मौके पर ट्रैक्टर वर्क नहीं करता पाया स्टेयरिंग बिल्कुल सही वर्क करता पाया कमाई स्टेयरिंग होए अगे पिछे करी उधर रखो स्टेयरिंग स्टेयरिंग सही वर्क कर दिया पर मोटर नू पावर नहीं मिलता जी हूँ पता नहीं की दिक्कत आई है तो रिसीवर चैक कर दिया वा कि कितने कोई सड़ तो नहीं गई चीज़ क्योंकि मेन का कंट्रोलर ही होंगे जिन्हें वोल्टेज कंट्रोल करके मोटर नूं देनी है जे वह सड़ गया जो खराब हो गया फिर अपने किसी काम का नहीं गया रिमोट ठीक है फिर 3000 एवं गया क्योंकि 3000 का रिमोट तो मैं मारदा मत्था होर ठीक है तो कोशिश करदा वा भी किसी तरीके चल पवे ट्रैक्टर अपना बाकी चलो की बनता वो तुहानूं अगे पता लग ही जाऊगा लो भी एच एम टी च एक समस्या आ चुकी है तो पहली बार ही आई है समस्या एदो पहला कदे फेस नहीं की इदा की प्रॉब्लम तो तुहानू मैं दसदा की जगाड़ है वैसे अज आप कह नहीं दिया भी ट्रैक्टर आप नवा बनावे दोबारे ठीक है एच एम टी सिरा तैयार करांगे इन्ना कहें सारी अपना पुराना ट्रैक्टर ने गुस्सा मन गया नाराज ही हो गया है ना ट्रैक्टर नाराज हो गया असल च ना इन जो गेयरबॉक्स है वो इतों ओपन है बिल्कुल ठीक है आर पार तुम वेखन दो इतने तुम गेयर जे भी वेखन दे लोहे देखो ठीक है बिलकुल ओपन है तो पता नहीं की दिक्कत हुई है कि गेयरबॉक्स के मिट्टी ज्यादा तुर की है या की प्रॉब्लम आई है या गेयर जिमें चल चल के घस गए ने तो मोटर लोड लैन दई है पूरा मैं रिमोट अपना चैक कर लिया रिमोट अपना बिलकुल ओके आ ठीक है पूरी सही वोल्टेज देन दिया पर मोटर जी नहीं सी चलन दी पहला मैंने लगा मोटर सड़ गई है तो फिर मैं डायरैक्ट बैटरी से ला के 12 वोल्ट कनैक्ट किया ठीक है
ਤੇ ਟਰੈਕਟਰ ਆਪਣਾ ਚੱਲਣ ਦਿਆ, ਮੋਟਰ ਵੀ ਸਹੀ ਚੱਲਣ ਦਈ ਹੈ, ਠੀਕ ਹੈ। ਤੇ ਹੁਣ ਮੈਂ ਫੁੱਲ ਟਰਿਗਰ ਦਿੱਤਾ ਹੋਇਆ, ਪੂਰਾ ਲੋਡ ਹੈ ਇਹਦੇ 'ਤੇ। ਹੁਣ ਤਾਂ ਬਿਲਕੁਲ ਹੀ ਨਹੀਂ ਚੱਲਣ ਦਿਆ, ਲੋ ਇੱਕੋ ਦਮ ਚੱਲ ਪਿਆ, ਹੁਣ ਨਹੀਂ ਚੱਲਣ ਦਿਆ। ਅਤੇ ਮੁੱਖ ਦੀ ਗੱਲ ਇੱਥੇ ਆ ਵੀ ਇਹਦੇ ਗੇਅਰ ਬੋਕਸ 'ਚ ਦਿੱਕਤ ਆਉਣ ਦਈ ਹੈ। ਅਤੇ ਫਿਲਹਾਲ ਹੁਣ ਮੈਂ ਰੂਟਾਵੀਟਰ ਵਾਲਾ ਕੰਮ ਤਾਂ ਇੱਥੇ ਰੋਕਤਾ, ਇੱਦਾਂ ਹੀ ਜਿੱਦਾਂ ਪਿਆ ਹੈ। ਮੈਂ ਕਿਹਾ ਪਹਿਲਾਂ ਤਾਂ ਇਹਨੂੰ ਠੀਕ ਕਰਾਂਗੇ ਆਪਾਂ, ਭਾਵੇਂ ਟਾਈਮ ਜਿੰਨਾ ਮਰਜ਼ੀ ਲੱਗ ਜੇ, ਠੀਕ ਹੈ। ਅਤੇ ਹੁਣ ਮੇਰਾ ਪਲੈਨ ਹੈ ਕਿ ਬੋਡੀ ਪੱਟ ਦੇ ਇੱਥੋਂ, ਠੀਕ ਹੈ, ਐਮ ਸੀਲ ਪੱਟ ਕੇ ਅਤੇ ਚੈਸੀ ਨੂੰ ਅਗਲਾ ਹੀ ਸੱਡ ਕਰ ਲੈਂਦੇ ਹਾਂ। ਇੱਥੋਂ ਫਿਰ ਸਾਰੇ ਗੇਅਰ ਆਪਾਂ ਨੂੰ ਵਿਖ ਜਾਣਗੇ, ਅਤੇ ਉਦੋਂ ਬਾਅਦ ਗੇਅਰ ਜੇ ਸਾਫ਼ ਕਰਨੇ ਹੋਏ ਤਾਂ ਵੇਖ ਲੈਂਦੇ ਆਪਾਂ। ਜੇ ਤਾਂ ਸਾਫ਼ ਕਰਨੇ ਹੋਏ, ਸਾਫ਼ ਕੀਤਿਆਂ ਸਰ ਗਿਆ ਤਾਂ ਸੋਹਣਾ ਵਧੀਆ, ਠੀਕ ਹੈ। ਜੇ ਇਹਨੂੰ ਤੋੜਨ ਦੀ ਜ਼ਰੂਰਤ ਪੈ ਗਈ ਵੀ ਸਾਰੇ ਗੇਅਰ ਤੋੜ ਕੇ, ਐਮ ਸੀਲ ਤੋੜ ਕੇ, ਠੀਕ ਹੈ, ਦੁਬਾਰੇ ਬਣਨਗੇ, ਫਿਰ ਆਪਾਂ ਇਹਦੇ 'ਤੇ ਮੱਥਾ ਕਪਾਈ ਨਹੀਂ ਕਰਦੇ ਇੰਨੀ, ਠੀਕ ਹੈ। ਉਮੀਦ ਤਾਂ ਇਹੀ ਹੈ ਵੀ ਇਹ ਠੀਕ ਹੋ ਜਾਊਗਾ। ਬਾਕੀ ਚਲੋ ਵਹਿੰਦੇ ਹਾਂ, ਮੈਂ ਮੱਥਾ ਮਾਰਦਾ ਇਹਦੇ 'ਤੇ ਹੁਣ ਜਿੰਨਾ ਵੀ ਟਾਈਮ ਲੱਗੂ, ਘੰਟਾ, 2 ਘੰਟੇ, 3 ਘੰਟੇ, ਭਾਵੇਂ 12-1 ਵਜੇ ਰਾਤ ਦੇ, ਇਹਨੂੰ ਕਿਸੇ ਪਾਸੇ ਲਾ ਕੇ ਛੱਡਾਂਗਾ ਮੈਂ, ਭਾਵੇਂ ਪੂਰਾ ਖਰਾਬ ਹੋ ਜੇ, ਠੀਕ ਹੈ, ਨਵਾਂ ਹੀ ਬਣਾਵਾਂਗੇ, ਅਤੇ ਜਾਂ ਫਿਰ ਇਹਨੂੰ ਪਹਿਲੇ ਵਾਂਗੂ ਜਿਵੇਂ ਚੱਲਦਾ ਸੀ ਉਵੇਂ ਕਰ ਦਾਂਗੇ, ਠੀਕ ਹੈ। ਅਤੇ ਚਲੋ ਵੇਖੋ ਹੁਣ ਕੀ ਬਣਦਾ, ਮਿਲਦਾ ਤੁਹਾਨੂੰ ਮੈਂ ਹੁਣ ਇਹਦੀ ਫਾਈਨਲ ਪੋਜੀਸ਼ਨ 'ਚ ਮਿਲਾਂਗਾ। ਜਾਂ ਤਾਂ ਬਿਲਕੁਲ ਓਕੇ ਖੜਾ ਹੋਊਗਾ ਟਰੈਕਟਰ, ਠੀਕ ਹੈ, ਰੇਡੀ ਚੱਲਣ ਵਾਸਤੇ, ਅਤੇ ਜਾਂ ਫਿਰ ਇੱਦਾਂ ਹੀ ਖੜਾ ਹੋਊਗਾ ਵੀ ਨਵੇਂ ਟਰੈਕਟਰ 'ਤੇ ਕੰਮ ਸਟਾਰਟ ਕਰਾਂਗੇ, ਠੀਕ ਹੈ। 2000 years later. ਲਓ ਵੀ ਮਿੱਤਰੋ, ਟਾਈਮ ਮੌਕੇ 'ਤੇ 10:30 ਦਾ ਹੋ ਗਿਆ, ਅਤੇ ਬਿਲਕੁਲ ਨਵੀਂ ਲੁੱਕ 'ਚ ਆਪਣਾ HMT ਨਹੀਂ ਗਾ, ਪਰ ਪਹਿਲਾਂ ਨਾਲੋਂ ਲੁੱਕ ਥੋੜ੍ਹੀ ਜਿਹੀ ਚੇਂਜ ਹੋਈ ਹੈ ਇਹਦੀ, ਠੀਕ ਹੈ। ਇੱਕ ਬੰਪਰ ਲਾਤਾ ਮੈਂ, ਅਤੇ ਇਹਦਾ ਪਲੇਟਫਾਰਮ ਜਿਹੜਾ ਉਹ ਅਪਗ੍ਰੇਡ ਕਰਤਾ, ਪਲੱਸ ਇਹਦੀ ਛਤਰੀ ਵੀ ਲਾਤੀ ਹੈ, ਠੀਕ ਹੈ। ਛਤਰੀ ਲਾਵਾਂਗੇ ਅਤੇ ਪ੍ਰਿੰਟ ਕਰਕੇ ਲਾਵਾਂਗੇ, ਠੀਕ ਹੈ। ਹੋ ਸਕਦਾ ਮੈਂ ਕੱਲ੍ਹ ਪ੍ਰਿੰਟ ਕਰ ਲਾਂ, ਅਤੇ ਮੇਰਾ ਪਲੈਨ ਇਹੀ ਹੈ ਵੀ ਕੱਲ੍ਹ ਆਪਾਂ ਇਹਦਾ ਸਿਸਟਮ ਵੀ ਬਦਲ ਦਿੰਦੇ ਹਾਂ, ਕਿਉਂਕਿ ਇਹਦਾ ਜਿਹੜਾ ਰਿਸੀਵਰ ਹੈ ਉਹ ਇਹਦਾ ਸ਼ੋਅ ਦੇ ਥੱਲੇ ਆ, ਠੀਕ ਹੈ। ਇਸ ਕਰਕੇ ਐਵੇਂ ਦਾ ਸਿਸਟਮ ਆਪਾਂ ਨੂੰ ਲਾਉਣ ਦੀ ਲੋੜ ਨਹੀਂ ਗੀ, ਠੀਕ ਹੈ। ਮੈਂ ਟਰਾਈ ਕਰਾਂਗਾ ਇਹਦੇ ਵਾਸਤੇ ਜਾਂ ਨਿੱਕਾ ਜਾਂ ਕੋਈ ਹੋਰ ਡਿਜ਼ਾਈਨ ਦਾ ਸਿਸਟਮ ਇਹਦੇ ਲਈ ਪ੍ਰਿੰਟ ਕਰੀਏ, ਠੀਕ ਹੈ। ਯੂ ਪਾਈਪ ਵੀ ਨਵੀਂ ਪ੍ਰਿੰਟ ਕਰਾਂਗੇ, ਸਿਸਟਮ ਵੀ ਨਵਾਂ, ਛਤਰੀ ਵੀ ਨਵੀਂ, ਠੀਕ ਹੈ। ਇਹ ਹੁਣ ਅਪਗ੍ਰੇਡ ਆਪਾਂ ਇਹਦੇ 'ਚ ਕਰ ਲੈਣੇ ਆ, ਠੀਕ ਹੈ ਜੀ। ਬੰਪਰ ਵੀ ਇਹਦੇ ਲਈ ਨਵਾਂ ਡਿਜ਼ਾਈਨ ਕਰਾਂਗੇ, ਡਿਜ਼ਾਈਨ ਮਤਲਬ ਵੀ ਡਿਜ਼ਾਈਨ ਇਹੀ ਰੱਖਾਂਗੇ, ਥੋੜ੍ਹੀ ਜਿਹੀ ਲੰਬਾਈ ਘਟਾ ਦਾਂਗੇ ਕਿਉਂਕਿ ਆਹ ਇੱਕ ਤਾਂ ਖਰਾਬ ਹੋ ਗਿਆ, ਠੀਕ ਹੈ। ਕੁਛ ਇਹਦੇ 'ਚ ਆਪਸ਼ਨ ਰੱਖਾਂਗੇ ਅੱਗੇ ਵੇਟ ਪਾਉਣ ਵਾਸਤੇ, ਯਾਨੀ ਕਿ ਬਹੁਤ ਜਲਦੀ ਤੁਹਾਨੂੰ ਹੋਰ ਅਪਗ੍ਰੇਡ ਵੇਖਣ ਨੂੰ ਮਿਲਣਗੇ ਟਰੈਕਟਰ ਦੇ, ਠੀਕ ਹੈ। ਅਤੇ ਜਿੱਥੇ ਮੈਂ ਇੰਨਾ ਅਪਗ੍ਰੇਡ ਕੀਤਾ ਇਹ ਤਾਂ ਸਮਝ ਗਏ ਹੋਗੇ ਵੀ ਟਰੈਕਟਰ ਆਪਣਾ ਚੱਲਣ ਦਿਆ। ਠੀਕ ਹੈ, ਟਰੈਕਟਰ ਆਪਣਾ ਬਿਲਕੁਲ ਹੋ ਗਿਆ ਓਕੇ। ਹਾਂ ਲੱਗਦਾ ਤਾਂ ਸੋਹਣਾ ਯਾਰ, ਆਪਾਂ ਕਰੀਏ ਇੱਕ ਵਾਰੀ ਸਿਸਟਮ ਚੇਂਜ ਕਰਦੇ ਹਾਂ ਨਾ, ਬੰਪਰ ਫਿਰ ਚੇਂਜ ਕਰ ਲਾਂਗੇ, ਠੀਕ ਹੈ ਜੀ। ਟਰੈਕਟਰ ਆਪਣਾ ਹੋ ਚੁੱਕਿਆ ਬਿਲਕੁਲ ਓਕੇ ਦੀ ਰਿਪੋਰਟ ਹੈ। ਪ੍ਰੋਬਲਮ ਕੀ ਸੀਗੀ ਉਹ ਤੁਹਾਨੂੰ ਮੈਂ ਵਿਖਾਉਂਦਾ, ਇੰਨੀ ਮਿੱਟੀ ਸੀਗੀ, ਮਿੱਟੀ ਕਹਿ ਲਓ, ਗੰਦ ਕਹਿ ਲਓ, ਠੀਕ ਹੈ, ਲੋਹਾ ਰਗੜ ਰਗੜ ਕੇ ਕਾਲਖ ਜੰਮੀ ਪਈ ਸੀ। ਆਹ ਤਾਂ ਕੁਛ ਨਹੀਂ ਗਾ ਜੇ, ਡੀਜ਼ਲ ਮਾਰ ਕੇ ਸਾਰਾ ਇਹਦਾ ਗੇਅਰ ਬੋਕਸ ਸਾਫ਼ ਕੀਤਾ, ਅਤੇ ਉਸ ਤੋਂ ਇਲਾਵਾ ਮੈਂ ਸਾਰਾ ਗੇਅਰ ਬੋਕਸ ਕਵਰ ਵੀ ਕਰਤਾ, ਠੀਕ ਹੈ, ਚਾਰੇ ਪਾਸਿਓਂ। ਹੁਣ ਇਹਦੇ 'ਚ ਮਿੱਟੀ ਜਾਣ ਦੇ ਚਾਂਸ ਬਹੁਤ ਘੱਟ ਨੇ, ਠੀਕ ਹੈ ਜੀ। 10:30 ਦਾ ਟਾਈਮ ਹੋ ਗਿਆ, ਲੇਟ ਕਾਫੀ ਹੋ ਗਿਆ, ਹੁਣ ਇਹਦੇ ਬਾਅਦ ਸ਼ੂਟਿੰਗ ਤਾਂ ਹੋਣੀ ਨਹੀਂ ਗੀ, ਹੁਣ ਤਾਂ ਮਹਾਂ ਐਡੀਟਿੰਗ ਹੀ ਕਰਾਂ ਮੈਂ, ਠੀਕ ਹੈ। ਬੰਦਾ ਸੋਚਦਾ ਕੀ ਹੈ, ਹੁੰਦਾ ਕੀ ਹੈ, ਸਵੇਰੇ ਸੋਚਿਆ ਸੀ ਕਿ ਸ਼ਾਮ ਤੱਕ ਆਪਾਂ ਰੋਟਾਵੇਟਰ ਕੰਪਲੀਟ ਕਰ ਦਾਂਗੇ, ਪਰ ਵਿੱਚ ਜੇ ਮੂਡ ਬਣ ਗਿਆ ਵੀ 9:11 ਦਾ ਅਗਲਾ ਜਿਹੜਾ ਹਿੱਸਾ ਉਹ ਠੀਕ ਕਰ ਲੈਂਦੇ ਹਾਂ, ਉਹਨੂੰ ਠੀਕ ਕਰਨ ਬੈਠੇ ਤਾਂ 9:11 ਪੂਰਾ ਹੀ ਖਰਾਬ ਹੋ ਗਿਆ। ਹੁਣ ਮੈਨੂੰ ਇਹ ਸੀ ਵੀ ਇਹਨੂੰ ਠੀਕ ਕਰ ਲਵਾਂ, ਕਿਉਂਕਿ ਕੋਈ ਪਤਾ ਨਹੀਂ ਆਪਾਂ ਕੱਲ੍ਹ ਵੀਡੀਓ ਸ਼ੂਟ ਕਰਨ ਲੱਗ ਪਈਏ, ਪਰਸੋਂ ਕਰਨ ਲੱਗ ਪਈਏ, ਠੀਕ ਹੈ। ਟਰੈਕਟਰ ਆਪਣੇ ਰਿਮੋਟ ਕੰਟਰੋਲ ਵਾਲੇ ਸਾਰੇ ਓਕੇ ਹੋਣ, ਅਤੇ ਟਰੈਕਟਰ ਹੋ ਗਿਆ ਓਕੇ, ਲੁੱਕ ਵੀ ਇਹਨੂੰ ਨਵੀਂ ਮਿਲ ਜੂਗੀ, ਕੱਲ੍ਹ ਤੱਕ ਮੈਂ ਟਰਾਈ ਕਰਾਂਗਾ, ਠੀਕ ਹੈ। ਕੱਲ੍ਹ ਰੂਟਾਵੇਟਰ ਵੀ ਕੰਪਲੀਟ ਕਰਦੇ ਹਾਂ ਅਤੇ ਇਹਨੂੰ ਨਵੀਂ ਲੁੱਕ ਵੀ ਦਿੰਦੇ ਹਾਂ। ਵੈਸੇ ਆਪਾਂ ਨਵੇਂ ਟਰੈਕਟਰ 'ਤੇ ਵੀ ਕੰਮ ਸਟਾਰਟ ਕਰਨਾ, ਉਹ ਫਿਰ ਵਿਹਨੇ 1-2 ਦਿਨ ਹੋਰ ਡਿਲੇ ਕਰ ਲਾਂਗੇ, ਕਿਉਂਕਿ ਇਹ ਕੰਮ ਹੁਣ ਜਿਹੜੇ ਪੈਂਡਿੰਗ ਨਹੀਂ ਰਹਿਣੇ ਚਾਹੀਦੇ। ਨਵਾਂ ਹਜੇ ਜਿਹੜਾ ਸਟਾਰਟ ਕਰਨਾ ਉਹਨੂੰ ਤਾਂ 2 ਦਿਨ ਹੋਰ ਲੇਟ ਕਰ ਸਕਦੇ ਹਾਂ ਆਪਾਂ, ਪਰ ਜਿਨ੍ਹਾਂ 'ਤੇ ਕੰਮ ਕਰਨਾ ਹੈ ਜੇ ਉਹਨਾਂ ਨੂੰ ਡਿਲੇ ਕਰੀ ਜਾਵਾਂਗੇ ਅਤੇ ਅੱਗੇ ਜਾ ਕੇ ਕੰਮ ਫਿਰ ਇਕੱਠਾ ਹੋ ਜਾਂਦਾ, ਠੀਕ ਹੈ। ਇਸ ਕਰਕੇ ਪਲੈਨ ਮੇਰਾ ਇਹੀ ਹੈ, ਸਵੇਰੇ ਆਪਾਂ HMT 'ਚ ਵੀ ਟਰਾਈ ਕਰਦੇ ਹਾਂ ਕਿ ਪ੍ਰਿੰਟਰ ਲਾ ਦਾਂਗੇ, ਉਹ ਪ੍ਰਿੰਟ ਕਰਦਾ ਰਹੂ। ਵੈਸੇ ਤਾਂ ਹੁਣ ਹੀ ਲਾ ਦੇਣਾ ਸੀ, ਪਰ ਇਹਨੂੰ ਡਿਜ਼ਾਈਨ ਕਰਨ 'ਚ ਟਾਈਮ ਲੱਗਣਾ ਅਤੇ ਮੈਂ ਐਡੀਟਿੰਗ ਵੀ ਕਰਨੀ, ਹੋਰ ਵੀ ਕੰਮ ਨੇ ਮੈਨੂੰ। ਅਤੇ ਬਸ ਅੱਜ ਦਾ ਵਲੋਗ ਆਪਣਾ ਇੱਥੋਂ ਤੱਕ ਸੀਗਾ, ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ। ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਮਿਲਦੇ ਹਾਂ ਸਵੇਰੇ ਨਵੇਂ ਵਲੋਗ 'ਚ, ਓਕੇ ਬਾਏ, ਟਾਟਾ।